साहब हाँ जी, मेरे पिंड वादियाँ जिला श्री मुक्तसर साहिब का नौजवान गुरभेज सिंह, उम्र तकरीबन 27-28 साल, तकरीबन 11 क महीने पहला रोजी रोटी खातर 30-35 लाख रुपया ला के अमेरिका गया सी। उत्थे आपदा काम कर रहा सी, तो रात तकरीबन 12 क बजे सानू उत्थों कॉल आउंदी उहदे दोस्त दी कि उहदी डैथ हो गई आ। तो बड़ा सोगमई जिहड़ा माहौल है वो इत्थे साडे पिंड दे विच, परिवार दे विच, एक नॉर्मल परिवारां दे विचों उठ के इन्ने पैसे ला के बंदा बाहर जांदा है रोजी रोटी दे खातर, ते उत्थे ही घटना वापर जांदी, ते बड़ा दुख दा इत्थे माहौल जिहड़ा वो बणिया होया। की कह रहे हैं? कोई हुई अंबैसी नाल गलबात? कोई अंबैसी नाल उसकी पोस्टमार्टम दी करनगे उत्थों। सो साडी सरकार नूं, पंजाब सरकार नूं और जथेबंदियां नूं और जिहड़े सोशल वर्कर आ जां साडे अमेरिका दे विच जिहड़े कोई पंजाबी भरा बैठे, उहनां नूं अपील आ कि जल्दी तों जल्दी जिस तरह भी प्रोसैस दे अधीन करा के सानूं जिहड़ी डैड बॉडी साडे जल्दी तों जल्दी इत्थे पहुँचदी कीती जावे। किहड़ा शहर सी बई उत्थे? अमरीका दे शहर च जिहड़े च इह कम कर रहा सीगा? कैलीफोर्निया दे विच इह मतलब बीते 11 महीना जदों दा भी गया उत्थे काम कर रहा सीगा तकरीबन। ਹੁਣ ਠੀਕ ਠਾਕ ਕੰਮ ਕਰ ਵਧੀਆ ਚੱਲ ਰਿਹਾ ਸੀ? ਹਾਂਜੀ, ਕੰਮ ਕਾਰ ਠੀਕ ਚੱਲ ਰਿਹਾ ਸੀਗਾ। ਬਸ ਤਕਰੀਬਨ ਆਹ ਹੀ ਜਿਹੜੇ ਜਿਹੜੀ ਆ ਰਾਤ ਖਬਰ ਆਈ ਇਹਨੇ ਬਹੁਤ ਝੰਜੋੜ ਕੇ ਰੱਖਿਆ। ਸੋ ਬੇਨਤੀ ਹੈ ਕਿ ਸਾਰੀਆਂ ਜਥੇਬੰਦੀਆਂ ਨੂੰ ਸਾਨੂੰ ਡੈੱਡ ਬੋਡੀ ਜਲਦੀ ਤੋਂ ਜਲਦੀ ਪਹੁੰਚਦੀ ਕੀਤੀ ਜਾਵੇ। ਆਮ ਪਰਿਵਾਰਾਂ ਦੇ ਵਿੱਚੋਂ ਆਪਣੇ ਜਿਹੜੇ ਉੱਠ ਕੇ ਨੌਜਵਾਨ ਬਾਹਰ ਜਾ ਰਹੇ ਔਰ ਉੱਥੇ ਜਾ ਕੇ ਐਸੀਆਂ ਘਟਨਾਵਾਂ ਹੁੰਦੀਆਂ। ਸੋ ਬੇਨਤੀ ਕਰਨਾ ਚਾਹੁੰਦੇ ਹਾਂ ਅਸੀਂ ਤਾਂ, ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ। ਇਹ ਵੀ ਭੇਜਣਾ ਰੱਖਣੀ ਵਾਲੀ ਫੋਟੋ ਹੈ? ਹਾਂਜੀ ਬਾਈ, ਸਾਡੇ ਚਾਚੇ ਜੀ ਦਾ ਲੜਕਾ ਸੀ ਗੁਰਭੇਜ ਸਿੰਘ, ਪਿਛਲੇ 11 ਮਹੀਨਿਆਂ ਤੋਂ ਅਮੈਰੀਕਾ ਗਿਆ ਹੋਇਆ ਸੀ 35-40 ਲੱਖ ਰੁਪਇਆ ਲਾ ਕੇ ਰੋਜ਼ੀ ਰੋਟੀ ਖਾਤਰ, ਅਤੇ ਬਹੁਤ ਵਧੀਆ ਕੰਮ ਚੱਲ ਰਿਹਾ ਸੀ ਅਤੇ ਵਧੀਆ ਸੀ, ਕੋਈ ਗੱਲ ਨਹੀਂ ਨੋਰਮਲ। ਕੱਲ੍ਹ ਮਤਲਬ 1-2 ਦਿਨ ਪਹਿਲਾਂ ਵੀ ਰੋਜ਼ ਗੱਲ ਹੁੰਦੀ ਰਹਿੰਦੀ ਸੀ, ਕੋਈ ਦਿੱਕਤ ਨਹੀਂ ਸੀ, ਕੋਈ ਸਿਹਤ ਪੱਖੋਂ ਵਧੀਆ ਸੀ ਸਾਰਾ ਕੁਛ। ਅਚਾਨਕ ਹੀ ਰਾਤ 12 ਵਜੇ ਖਬਰ ਫੋਨ ਆਉਂਦਾ ਹੈ ਕਿ ਗੁਰਭੇਜ ਨੂੰ ਮਤਲਬ ਕੋਈ ਪ੍ਰੋਬਲਮ ਆ ਗਈ ਹੈ ਜੀ, ਅਤੇ ਅਸੀਂ ਐਂਬੂਲੈਂਸ ਵਿੱਚ ਲੈ ਕੇ ਜਾ ਰਹੇ ਹਾਂ, ਅਤੇ ਬਾਅਦ 'ਚ ਥੋੜ੍ਹੇ ਟਾਈਮ ਬਾਅਦ ਫੋਨ ਆ ਗਿਆ ਕਿ ਉਹਦੀ ਡੈਥ ਹੋ ਚੁੱਕੀ ਹੈ, ਅਤੇ ਅਸੀਂ ਮਤਲਬ ਇਹੀ ਬੇਨਤੀ ਅਪੀਲ ਕਰਦੇ ਹਾਂ ਸਾਰਿਆਂ ਸਮੂਹ ਜਥੇਬੰਦੀਆਂ ਨੂੰ, ਸਾਡੇ ਸਿੱਖ ਭਾਈਚਾਰਾ ਜਿੰਨਾ ਵੀ ਮਤਲਬ ਅਮੈਰੀਕਾ 'ਚ ਬੈਠੇ ਹੋਏ ਆ, ਅਸੀਂ ਕੋਈ ਜ਼ਿਆਦਾ ਅਪਰੋਚ ਨਹੀਂ, ਪੈਸੇ ਨਹੀਂ ਕਰ ਸਕਦੇ, ਵੀ ਪਹਿਲਾਂ ਵੀ ਪੈਸੇ ਪੂਸੇ ਲਾ ਕੇ ਮਤਲਬ ਇੱਦਾਂ ਭੇਜਿਆ ਸੀ ਬਾਹਰ, ਅਤੇ ਡੈੱਡ ਬੋਡੀ ਮਤਲਬ ਸਾਨੂੰ ਭੇਜੀ ਜਾਵੇ, ਵਾਰਸਾਂ ਨੂੰ ਸਾਡੇ ਹਵਾਲੇ ਕੀਤੀ ਜਾਵੇ। ਬਹੁਤ ਧੰਨਵਾਦੀ ਹੋਵਾਂਗੇ SK ਬਰਾਏ ਜੀ, ਇਹਨਾਂ ਦਾ ਮਤਲਬ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਜੀ, ਅਸੀਂ ਬੇਨਤੀ ਹੈ ਕਿ ਸਾਡੀ ਡੈੱਡ ਬੋਡੀ ਸਾਨੂੰ ਮਤਲਬ ਗੁਰਭੇਜ ਸਿੰਘ ਦੀ ਸਾਨੂੰ ਭੇਜੀ ਜਾਵੇ। ਇੱਥੇ ਕੋਈ ਕੰਮ ਕਾਰ ਨਹੀਂ ਮਿਲਿਆ ਬਈ, ਤਾਂ ਹੀ ਜਾਣਾ ਪਿਆ? ਹਾਂਜੀ, ਕੰਮ ਹੀ ਨਹੀਂ ਜੀ, ਇੱਥੇ ਤੁਹਾਨੂੰ ਪਤਾ ਹੀ ਹੈ ਜੀ ਕੰਮ ਕਾਰ ਕਿੰਨੇ ਗਏ, ਮਤਲਬ ਬਾਹਰ ਪਹਿਲਾਂ ਦੁਬਈ ਗਏ ਸੀ, ਉਸ ਤੋਂ ਬਾਅਦ ਫਿਰ ਅਮੈਰੀਕਾ ਗਏ ਚਲੇ ਜੀ, ਪਹਿਲੇ ਟਰੈਵਲਿੰਗ ਕਰਦੇ ਸੀ ਅਤੇ ਹੁਣ 11 ਮਹੀਨੇ ਤੋਂ ਅਮੈਰੀਕਾ ਗਏ ਸੀ।